काम सीखा जी। फिर काफ़ी बड़िया फिल्मा करने तो बाद लाइक दलजीत भाजी की सरदार जी वन सरदार जी टू और काफ़ी सारी फिल्मा करने तो बाद फिर मेरी पहली फिल्म एज अ डायरेक्टर चल मेरा पुत सी जो कि मैं समझता कि मैं बहुत ब्लैसड हाँ कि मेरी पहली फिल्म लेंदे पंजाब के चढ़ते पंजाब के कलाकार लैके सी। इसलिए मैं तुम गल दसा तो मैं मेरा विह सगा मैं विह का कार्ड दे अमरिंदर भाजी गया भाजी की फिल्म चलती सी भजो वीरो में ਉਦੋਂ ਜਦੋਂ ਕਾਰਡ ਦਿੱਤਾ ਤੇ ਭਾਜੀ ਨਾਲ ਮੇਰਾ ਕਾਫੀ ਦਿਨ ਤੋਂ ਮੇਰਾ ਪਿਆਰ ਹੈ ਜੀ ਭਾਜੀ ਦੀ ਟੀਮ ਨਾਲ ਸਾਡੇ ਰਿਦਮ ਬੋਇਸ ਨਾਲ ਤੇ ਦੈਨ ਭਾਜੀ ਕਹਿੰਦੇ ਚਲੋ ਜਦੋਂ ਵਿਆਹ ਤੋਂ ਫ੍ਰੀ ਹੋ ਜਾ ਫਿਰ ਫਿਲਮ ਕਰਦੇ ਹਾਂ ਕੋਈ ਜੇ ਕੋਈ ਸਬਜੈਕਟ ਹੋਇਆ ਤੇ ਦੱਸ ਤੇ ਉਸ ਤੋਂ ਬਾਅਦ ਇਹ ਗੱਲ ਸ਼ੁਰੂ ਹੋਈ ਠਾਕਰ ਸਾਹਿਬ ਨਾਲ ਗੱਲ ਹੋਈ ਭਾਜੀ ਦਾ ਬੇਸਿਕਲੀ ਅਮਰਿੰਦਰ ਭਾਈ ਤੇ ਕਾਰਜ ਭਾਈ ਦਾ ਸੁਪਨਾ ਸੀਗਾ ਇੱਕ ਡ੍ਰੀਮ ਸੀ ਕਿ ਇੱਦਾਂ ਦਾ ਕੁਛ ਕਰੀਏ ਡਿਫਰੈਂਟ ਤੇ ਚਲੋ ਵਿਆਹ ਤੋਂ ਬਾਅਦ ਭਾਈ ਨੂੰ ਜਦੋਂ ਦੱਸਿਆ ਜੀ ਇੱਦਾਂ ਦਾ ਸਬਜੈਕਟ ਇੱਕ ਹੈਗਾ ਜੀ ਜੀ ਅਸੀਂ ਇਹੀ ਬੇਨਤੀ ਕਰਦੇ ਹਾਂ ਜੀ ਕਿ ਸਾਡਾ ਜੋ ਸਾਡੀ ਜੋ ਫਿਲਮ ਹੈ ਸਾਡੇ ਦੋਵਾਂ ਸਾਂਝੇ ਪੰਜਾਬ ਦੀ ਜੋ ਫਿਲਮ ਆ ਇਸ ਫਿਲਮ ਨੂੰ ਤੁਸੀਂ ਪਾਕਿਸਤਾਨ ਦੇ ਵਿੱਚ ਜ਼ਰੂਰ ਲਗਾਓ ਤਾਂ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਜੋ ਪਿਆਰ ਹੈ ਉਹ ਹੋਰ ਜ਼ਿਆਦਾ ਵਧੇ ਅਤੇ ਜਿਹਦੇ ਕਰਕੇ ਜੇ ਜੋ ਮੋਟਿਵ ਹੈ ਸਾਡਾ ਫਿਲਮ ਬਣਾਉਣ ਦਾ ਕਿ ਇਹੀ ਸਾਡਾ ਮੋਟਿਵ ਹੈ ਕਿ ਜੋ ਪਿਆਰ ਆ ਉਹ ਸਾਡਾ ਹੋਰ ਵਧੇ ਥਰੂ ਕਲਾਕਾਰੀ ਤੇ ਸਾਡੀ ਇਹੀ ਗੌਰਮੈਂਟ ਨੂੰ ਅਪੀਲ ਇਹੀ ਕਰਦੇ ਹਾਂ ਜੀ ਕਿ ਜੇ ਹੋ ਸਕੇ ਤੇ 2 ਪਹਿਲੇ ਲਗਾ ਦਿਓ ਜੀ ਇਹਨਾਂ ਦਿਨਾਂ ਦੇ ਵਿੱਚ ਤੇ 3 1 ਅਕਤੂਬਰ ਨੂੰ ਆ ਰਹੀ ਹੈ ਤੇ 1 ਅਕਤੂਬਰ ਨੂੰ ਰਿਲੀਜ਼ ਕੀਤੀ ਜਾਏ ਬਿਲਕੁਲ ਬਿਲਕੁਲ ਇਸ ਦਿਨ ਪਾਕਿਸਤਾਨੀ ਫਿਲਮ ਲੱਗੇਗੀ ਤੇ ਸਭ ਸਾਨੂੰ ਸਭ ਤੋਂ ਜ਼ਿਆਦਾ ਪਿਆਰ ਉੱਥੋਂ ਹੀ ਮਿਲੂਗਾ ਮੈਂ ਤੁਹਾਨੂੰ ਇਸ ਟਾਈਮ ਮੈਂ ਤੁਹਾਨੂੰ ਆਪਣਾ ਮੈਸੇਜਸ ਖੋਲ ਕੇ ਨਹੀਂ ਦਿਖਾ ਸਕਦਾ ਜੇ ਤੁਹਾਨੂੰ ਮੈਂ ਸਕਰੀਨਸ਼ਾਟ ਸੈਂਡ ਕਰਾਂ ਤੇ ਸਭ ਤੋਂ ਵੱਧ ਮੈਨੂੰ ਮੈਸੇਜਸ ਜਿਹੜੇ ਉਹ ਲੈਂਦੇ ਪੰਜਾਬ ਤੋਂ ਨੇ ਕਿ ਕਦੋਂ ਆ ਰਹੀ ਹੈ ਕਦੋਂ ਇਹ ਪੂਰੇ ਲੋਕਡਾਊਨ ਦੇ ਵਿੱਚ ਸ਼ਾਇਦ ਹੀ ਕੋਈ ਮਤਲਬ ਅਗਰ ਮੈਨੂੰ 100 ਮੈਸੇਜ ਆਇਆ ਐਗਜ਼ਾਮਪਲ ਦੇ ਤੌਰ ਤੇ ਤੇ 99 ਮੈਸੇਜ ਮੈਨੂੰ ਲੈਂਦੇ ਪੰਜਾਬ ਤੋਂ ਨੇ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਚੈਲੰਜ ਹੁੰਦਾ ਕਿ ਜਦੋਂ ਇੰਨੇ ਦਿੱਗਜ ਕਲਾਕਾਰ ਜਦੋਂ ਇੰਨੇ ਵਰਲਡ ਦੇ ਟੌਪ ਦੇ ਕਾਮੇਡੀਅਨਸ ਤੁਹਾਡੇ ਫਰੇਮ ਦੇ ਵਿੱਚ ਹੋਣ ਤੇ ਡਾਇਲੋਗ ਡਿਵਾਈਡ ਕਰਕੇ ਦੇਣਾ ਔਰ ਉਹ ਡਾਇਲੋਗ ਜਿਹੜਾ ਜੋ ਜੇ ਡਾਇਲੋਗ ਅਕਰਮ ਜੀ ਬੋਲ ਰਹੇ ਨੇ ਤੇ ਉਹ ਡਾਇਲੋਗ ਅਕਰਮ ਜੀ ਨੂੰ ਹੀ ਬੋਲਣਾ ਚਾਹੀਦਾ ਸੀ ਜੇ ਠਾਕਰ ਸਾਹਿਬ ਬੋਲ ਰਹੇ ਨੇ ਤੇ ਉਹਨਾਂ ਨੂੰ ਹੀ ਬੋਲਣਾ ਚਾਹੀਦਾ ਸੀ ਜੋ ਨਾਸਿਰ ਭਾਜੀ ਬੋਲ ਰਹੇ ਨੇ ਜਾਂ ਅਮਰਿੰਦਰ ਕੋਈ ਵੀ ਅਮਰਿੰਦਰ ਭਾਜੀ ਬੋਲ ਰਹੇ ਤੇ ਉਹਨਾਂ ਦਾ ਡਾਇਲੋਗ ਉਹਨਾਂ ਦੇ ਹਵਾਲੇ ਕਰਨਾ ਸਭ ਤੋਂ ਵੱਡਾ ਚੈਲੰਜ ਹੁੰਦਾ ਸੀ ਇਹ ਨਹੀਂ ਕਿ ਜੇ ਨਾਸਿਰ ਭਾਜੀ ਦਾ ਡਾਇਲੋਗ ਹੈ ਤੇ ਆਪਾਂ ਠਾਕਰ ਸਾਹਿਬ ਨੂੰ ਦੇ ਦਿੱਤਾ ਉਹ ਹੈਨਾ ਤੇ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਰਾਈਟਰ ਦੀ ਹੁੰਦੀ ਆ ਦੈਨ ਉਸ ਤੋਂ ਬਾਅਦ ਫਿਰ ਟੀਮ ਵੀ ਆਉਂਦੀ ਹੈ ਜੀ ਜੋ ਕਲਾਕਾਰ ਇੰਪਰੋਵਾਈਜੇਸ਼ਨ ਡੈਫੀਨੇਟਲੀ ਹੁੰਦੀ ਆ ਭਾਜੀ ਸੈੱਟ ਤੇ ਇੱਕ ਰਾਈਟਰ ਇੱਕ ਸੀਨ ਜਿੱਦਾਂ 1 ਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਆਪਾਂ 2-3 ਫੋਨ ਕਾਲਸ ਹੀ ਸ਼ੂਟ ਕੀਤੀਆਂ ਸੀ ਫਿਰ 2 ਦੇ ਵਿੱਚ ਅਸੀਂ ਸੀਨ ਸ਼ੂਟ ਕੀਤੇ ਹੁਣ 3 ਦੇ ਵਿੱਚ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਫਿਲਮ ਉੱਥੇ ਕੀਤੀ ਜਾਏ ਤਾਂ ਕਿ ਸਕਰੀਨ ਤੇ ਵਰਲਡ ਵਾਈਡ ਦੋਵੇਂ ਪੰਜਾਬਾਂ ਨੂੰ ਦੋਨੋਂ ਪੰਜਾਬ ਵਿਜੂਅਲੀ ਦੇਖ ਸਕਣ ਤੇ ਇੱਕ ਤਾਂ ਇਹ ਹੋਊਗਾ ਕਿ ਉੱਥੇ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਸੀਨ ਸ਼ੂਟ ਕੀਤੇ ਜਾਣ ਪਾਕਿਸਤਾਨ ਦੇ ਅੰਦਰ ਲੈਂਦੇ ਪੰਜਾਬ ਦੇ ਵਿੱਚ ਲਾਹੌਰ ਦੇ ਵਿੱਚ ਤੇ ਉਸ ਤੋਂ ਅਸਲਾਮੁ ਅਲੈਕੁਮ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਵੈਲਕਮ ਜੀ ਆਇਆਂ ਤੁਸੀਂ ਦੇਖ ਰਹੇ ਹੋ AHM TV ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਤੁਹਾਡੀ ਮੁਲਾਕਾਤ ਸਿੱਖਿਆ ਦੇ ਨਾਮ ਲੋਕਾਂ ਨਾਲ ਕਰਵਾਉਂਦੇ ਰਹਿੰਦੇ ਹਾਂ ਉਹਨਾਂ ਮਾਣਯੋਗ ਲੋਕਾਂ ਨਾਲ ਜਿਨ੍ਹਾਂ ਨੇ ਮੁਖਲਿਫ ਸ਼ੋਬਿਆਂ ਦੇ ਵਿੱਚ ਆਪਣਾ ਨਾਮ ਬਣਾਇਆ ਅੱਜ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਬੜੇ ਖਾਸ ਮਹਿਮਾਨ ਮੌਜੂਦ ਨੇ ਜਿਨ੍ਹਾਂ ਦੀ ਪੰਜਾਬੀ ਸੁਪਰ ਹਿੱਟ ਫਿਲਮ ਚੱਲ ਮੇਰਾ ਪੁੱਤ ਇੱਕ ਨਵੇਂ ਤੇ ਨਵੇਕਲੇ ਅੰਦਾਜ਼ ਵਿੱਚ ਜਿਹੜੀ ਰਿਲੀਜ਼ ਹੋਈ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਬਹੁਤ ਸਾਰਾ ਪਿਆਰ ਮਿਲਿਆ ਉਹਦੇ ਡਾਇਰੈਕਟਰ ਜੰਜੋਟ ਭਾਜੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸਲਾਮ ਵਾਲੇਕੁਮ AHM TV ਚੈਨਲ ਸੁਣ ਰਹੇ ਸਾਰੇ ਦਰਸ਼ਕਾਂ ਨੂੰ
ਲੈਂਦੇ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਨਜੋੜ ਬਾਈ ਜੀ, ਅਸੀਂ ਇਸ ਤੋਂ ਪਹਿਲਾਂ ਕਿ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰੀਏ, ਲਹਿੰਦੇ ਪੰਜਾਬ ਵਿੱਚ ਦੋਸਤ ਤੁਹਾਨੂੰ ਚੱਲ ਮੇਰਾ ਪੋਤੇ ਹਵਾਲੇ ਨਾਲ ਜਾਣਦੇ ਨੇ, ਲੋਕਾਂ ਵਿੱਚ ਤੁਹਾਡਾ ਤਾਰੁਫ ਹੈ ਕਿਉਂਕਿ ਫਿਲਮ ਲਹਿੰਦੇ ਪੰਜਾਬ ਵਿੱਚ ਵੀ ਬਹੁਤ ਜ਼ਿਆਦਾ ਮਕਬੂਲ ਹੋਈ। ਮੈਂ ਚਾਹਾਂਗਾ ਕਿ ਤੁਸੀਂ ਥੋੜਾ ਜਿਹਾ ਇੰਟਰੋਡਕਸ਼ਨ ਆਪਣਾ ਦੱਸੋ, ਜਿਹੜੇ ਲਹਿੰਦੇ ਪੰਜਾਬ ਵਾਲੇ ਤੁਹਾਨੂੰ ਜਾਣ ਸਕਣ ਕਿ ਤੁਸੀਂ ਕਿਸ ਕਦੋਂ ਇਸ ਫੀਲਡ ਦੇ ਵਿੱਚ ਆਏ, ਕਦੋਂ ਆਗਾਜ਼ ਹੋਇਆ ਤੁਹਾਡੇ ਸਫ਼ਰ ਦਾ। ਹੈਲੋ, ਹਾਂਜੀ ਆਵਾਜ਼ ਆ ਰਹੀ ਹੈ ਜੀ? ਜੀ 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 ਆ ਰਹੀ ਜੀ। ਸਭ ਤੋਂ ਪਹਿਲੇ ਮੈਂ ਦੱਸਣਾ ਚਾਹਾਂਗਾ ਜੀ, ਮੈਂ ਬੇਸਿਕਲੀ ਜੰਮੂ ਕਸ਼ਮੀਰ ਤੋਂ ਹਾਂ ਜੀ। ਉਸ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਪੂਰੀ ਕਰਦੇ ਹੀ ਮੈਂ ਚੰਡੀਗੜ੍ਹ ਪੰਜਾਬ ਸ਼ਿਫਟ ਹੋ ਗਿਆ ਸੀ। 2009 'ਚ ਮੈਂ ਫਿਲਮ ਇੰਡਸਟਰੀ ਜੁਆਇਨ ਕਰ ਲਈ ਸੀ। ਸਭ ਤੋਂ ਪਹਿਲੇ ਮੈਂ ਪ੍ਰੋਡਕਸ਼ਨ ਦੇ ਵਿੱਚ 3-4 ਸਾਲ ਪ੍ਰੋਡਕਸ਼ਨ ਦੇ ਵਿੱਚ ਕੰਮ ਕੀਤਾ, ਚੰਗੀ ਵੱਡੀਆਂ ਫਿਲਮਸ ਦੇ ਵਿੱਚ ਕੰਮ ਕੀਤਾ ਐਜ਼ ਅ ਪ੍ਰੋਡਕਸ਼ਨ ਮੈਨੇਜਰ। ਦੈਨ ਫਿਰ ਮੈਂ ਐਜ਼ ਐਨ ਅਸਿਸਟੈਂਟ ਡਾਇਰੈਕਟਰ ਕੰਮ ਕਰਨਾ ਸ਼ੁਰੂ ਕੀਤਾ। ਤੁਸੀਂ ਜੇ ਪੰਜਾਬੀ ਫਿਲਮਾਂ ਬਹੁਤ ਤੁਸੀਂ ਸਾਰੇ ਦਰਸ਼ਕ ਵੇਖਦੇ ਹੋ, ਜੱਟ ਜੇਮਸ ਬੌਂਡ ਫਿਲਮ ਆਈ ਸੀ, ਗਿੱਪੀ ਗਰੇਵਾਲ ਦੀ, ਰੋਹਿਤ, ਯੈਸ ਯੈਸ, ਉਹ ਮੇਰੀ ਪਹਿਲੀ ਫਿਲਮ ਸੀ ਐਜ਼ ਐਨ ਅਸਿਸਟੈਂਟ ਡਾਇਰੈਕਟਰ। ਰੋਹਿਤ ਜੁਗਰਾਜ ਭਾਜੀ ਉਹਨਾਂ ਦੇ ਡਾਇਰੈਕਟਰ ਸੀਗੇ ਜਿਨ੍ਹਾਂ ਤੋਂ ਮੈਂ ਡਾਇਰੈਕਸ਼ਨ ਦਾ ਕੰਮ ਸਿੱਖਿਆ ਜੀ। ਅਤੇ ਫਿਰ ਕਾਫੀ ਵੱਡੀਆਂ ਫਿਲਮਾਂ ਕਰਨ ਤੋਂ ਬਾਅਦ, ਲਾਈਕ ਦਲਜੀਤ ਭਾਜੀ ਦੀ ਸਰਦਾਰ ਜੀ 1, ਸਰਦਾਰ ਜੀ 2 ਔਰ ਕਾਫੀ ਸਾਰੀ ਫਿਲਮਾਂ ਕਰਨ ਤੋਂ ਬਾਅਦ ਫਿਰ ਮੇਰੀ ਪਹਿਲੀ ਫਿਲਮ ਐਜ਼ ਅ ਡਾਇਰੈਕਟਰ ਚੱਲ ਮੇਰਾ ਪੁੱਤ ਸੀ, ਜੋ ਕਿ ਮੈਂ ਸਮਝਦਾ ਕਿ ਮੈਂ ਬਹੁਤ ਬਲੈਸਡ ਹਾਂ ਕਿ ਮੇਰੀ ਪਹਿਲੀ ਫਿਲਮ ਲਹਿੰਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਨੂੰ ਲੈ ਕੇ ਸੀ। ਬਹੁਤ ਬਿਲਕੁਲ ਬਿਲਕੁਲ, ਚੱਲ ਮੇਰਾ ਪੁੱਤ ਦੀ ਕਾਮਯਾਬ ਤਾਰੀਖੀ ਕਾਮਯਾਬੀ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ। ਤੁਹਾਡੀ ਡੈਬਿਊ ਫਿਲਮ ਦੀ ਕਾਮਯਾਬੀ ਨੂੰ ਅਸੀਂ ਡੈਬਿਊ ਮੈਚ ਦੇ ਉਸ ਪਲੇਅਰ ਦੇ ਨਾਲ ਜੋੜਾਂਗੇ ਜਿਹੜਾ ਫਸਟ ਮੈਚ ਦੇ ਵਿੱਚ ਸੈਂਚਰੀ ਬਣਾਉਂਦਾ ਹੈ, ਤੇ ਬਹੁਤ ਘੱਟ ਲੋਕ ਨੇ ਜਿਹਨਾਂ ਨੂੰ ਮਤਲਬ ਇਹ ਇਜਾਜ਼ ਹਾਸਲ ਹੁੰਦਾ ਹੈ, ਤੇ ਮੈਂ ਇਸ ਕਾਮਯਾਬੀ ਦੀ ਜਿਹੜੀ ਮਤਲਬ ਉਸੇ ਪਲੇਅਰ ਦੇ ਨਾਲ ਜੋੜਦੇ ਹੋਏ ਕਿ ਫਸਟ ਪਲੇਅਰ ਜਿਹੜਾ ਹੈਗਾ ਡੈਬਿਊ ਮੈਚ ਦੇ ਵਿੱਚ ਸੈਂਚਰੀ ਬਣਾਉਂਦਾ ਹੈ, ਤੇ ਟਾਵੇਂ ਟਾਵੇਂ ਐਸੇ ਪਲੇਅਰ ਹੁੰਦੇ ਨੇ ਜਿਹਨਾਂ ਨੂੰ ਫਸਟ ਮੈਚ ਤੇ ਹੀ ਜਿਹੜਾ ਉਹ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਜਾਂਦਾ, ਬਹੁਤ ਜ਼ਿਆਦਾ ਮੁਬਾਰਕਬਾਦ ਦਿੱਤੀ ਜਾਂਦੀ, ਬਹੁਤ ਖਰਾਜਤ ਸੀਨ ਪੇਸ਼ ਕੀਤਾ। ਮੈਂ ਤੁਹਾਡੀ ਡੈਬਿਊ ਫਿਲਮ ਨੂੰ ਉਸ ਪਲੇਅਰ ਦੇ ਨਾਲ ਜੋੜਨਾ ਚਾਹਾਂਗਾ, ਤੇ ਸੈਂਚਰੀ ਜਿਸ ਤਰ੍ਹਾਂ ਉਹਨੂੰ ਸੈਂਚਰੀ ਬਣਾਉਣ ਵਾਲੇ ਪਲੇਅਰ ਨੂੰ ਖੁਸ਼ੀ ਹੁੰਦੀ, ਤੇ ਮੈਂ ਪੁੱਛਣਾ ਚਾਹਾਂਗਾ ਤੁਹਾਡੀ ਖੁਸ਼ੀ ਦਾ ਕੀ ਹਾਲ ਹੈ? ਬਿਲਕੁਲ ਜੀ, ਸਭ ਤੋਂ ਵੱਡੀ ਖੁਸ਼ੀ, ਸਭ ਤੋਂ ਪਹਿਲੇ ਧੰਨਵਾਦ, ਤੁਸੀਂ ਐਸੇ ਪਲੇਅਰਾਂ ਦੇ ਨਾਲ ਮੇਰਾ ਜ਼ਿਕਰ ਕੀਤਾ ਜੀ। ਅਤੇ ਆਪਣਾ ਖੁਸ਼ੀ, ਸਭ ਤੋਂ ਵੱਡੀ ਇਹੀ ਖੁਸ਼ੀ ਸੀ, ਅਸੀਂ ਮੈਂ ਕਈ ਵਾਰੀ ਬੈਠਾ ਸੋਚਦਾ ਵੀ ਹਾਂ ਕਿ ਮੈਂ ਬਹੁਤ ਬਲੈਸਡ ਹਾਂ ਕਿ ਇੱਦਾਂ ਦਾ ਮੌਕਾ ਮੈਨੂੰ ਮਿਲਿਆ। ਸਭ ਤੋਂ ਪਹਿਲੀ ਵਾਰ ਦੋਨਾਂ ਪੰਜਾਬਾਂ ਦੇ ਕਲਾਕਾਰ ਜੇ ਤੁਹਾਡੀ ਫਿਲਮ ਦੇ ਵਿੱਚ ਕੰਮ ਕਰ ਰਹੇ ਹੈ ਐਜ਼ ਅ ਪਹਿਲੀ ਫਿਲਮ ਦੇ ਵਿੱਚ, ਸੋ ਉਸ ਤੋਂ ਵੱਡੀ ਮਾਣ ਵਾਲੀ ਗੱਲ ਨਹੀਂ ਹੋ ਸਕਦੀ। ਤੇ ਇਹਦੇ ਨਾਲ ਤੁਹਾਨੂੰ ਇੱਕ ਐਨਰਜੀ ਵੀ, ਇੱਕ ਡਿਫਰੈਂਟ ਵਾਈਬਸ ਤੇ ਡਿਫਰੈਂਟ ਐਨਰਜੀ ਮਿਲਦੀ ਆ, ਹੈ ਨਾ, ਕਿ ਤੁਸੀਂ ਇੱਕ ਇਹੋ ਜਿਹੀ ਫਿਲਮ ਦੇ ਵਿੱਚ ਕੰਮ ਕਰ ਰਹੇ ਹੋ ਜੋ ਲੋਕਾਂ ਦਾ ਬਣਾਉਣਾ ਨਹੀਂ, ਵੇਖਣਾ ਹੀ ਬੜਾ ਵੱਡਾ ਸੁਪਨਾ ਹੁੰਦਾ, ਹੈ ਨਾ। ਤੁਸੀਂ ਕਿਸੇ ਵੀ ਬਾਹਰਲੇ ਮੁਲਕ ਦੇ ਵਿੱਚ ਇੱਕ ਥੀਏਟਰ ਦੇ ਵਿੱਚ ਬੈਠ ਕੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਵੀਰ ਭਾਈ ਸਾਰੇ ਇਕੱਠੇ ਬੈਠ ਕੇ ਫਿਲਮ ਦੇਖ ਰਹੇ ਹਾਂ, ਤੇ ਉਸ ਫਿਲਮ ਦਾ ਡਾਇਰੈਕਟਰ ਹੋਣਾ ਬੜੀ ਮਾਣ ਵਾਲੀ ਗੱਲ ਹੈ ਜੀ। ਬਿਲਕੁਲ ਬਿਲਕੁਲ, ਫਨ ਤੇ ਫਨਕਾਰ ਦੀ ਕੋਈ ਸਰਹੱਦ ਨਹੀਂ ਹੁੰਦੀ, ਫਨਕਾਰ ਸਾਰੇ ਦੇ ਸਾਂਝੇ ਹੁੰਦੇ ਨੇ, ਤੇ ਇਹ ਵਾਲਾ ਇੱਕ ਬਿਲਕੁਲ ਨਵੇਕਲਾ ਇੱਕ ਨਵਾਂ ਆਈਡੀਆ ਜਿਹਦੇ ਵਿੱਚ ਤੁਸੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਰੇ ਪ੍ਰੋਮੀਨੈਂਟ ਜਿਹੜੇ ਇਸ ਵੇਲੇ ਮਤਲਬ ਬੜੇ ਮੰਨੇ ਪਰਮੰਨੇ ਫਨਕਾਰ ਨੇ ਲਹਿੰਦੇ ਪੰਜਾਬ ਵਿੱਚੋਂ, ਕਰਮ ਬਾਈ ਜੀ, ਇਫਤਖਾਰ ਬਾਈ ਜੀ, ਨਾਸਰ ਬਾਈ, ਉਹਨਾਂ ਨੂੰ ਲਿਆ, ਇਹ ਵਾਲਾ ਆਈਡੀਆ ਕਿਸ ਤਰ੍ਹਾਂ ਤੁਸੀਂ ਤੁਹਾਡੇ ਜ਼ਿਹਨ ਦੇ ਵਿੱਚ ਆਇਆ, ਜਿਹਦੇ ਵਿੱਚ ਚੈਲੇਂਜਸ ਕੀ ਸੀ, ਮਤਲਬ ਕੀ ਮੁਸ਼ਕਲਾਂ ਸੀ, ਇੱਕ ਬਿਲਕੁਲ ਨਵਾਂ ਆਈਡੀਆ ਸੀ? ਸਭ ਤੋਂ ਪਹਿਲੇ ਜੇ ਆਈਡੀਆ ਦੀ ਗੱਲ ਕਰੀਏ ਤੇ ਆਈਡੀਆ ਬੇਸਿਕਲੀ ਮੈਂ ਤੁਹਾਨੂੰ ਗੱਲ ਦੱਸਾਂ ਤੇ ਮੈਂ ਮੇਰਾ ਵਿਆਹ ਸੀਗਾ ਤੇ ਮੈਂ ਵਿਆਹ ਦਾ ਕਾਰਡ ਦੇਣ ਅਮਰਿੰਦਰ ਭਾਜੀ ਨੂੰ ਗਿਆ ਸੀ। ਭਾਜੀ ਦੀ ਫਿਲਮ ਚੱਲਦੀ ਸੀ ਭੱਜੋ ਵੀ ਰੋਵੇ, ਤੇ ਉਦੋਂ ਜਦੋਂ ਕਾਰਡ ਦਿੱਤਾ ਤੇ ਭਾਜੀ ਨਾਲ ਮੇਰਾ ਕਾਫੀ ਦੇਰ ਤੋਂ ਮੇਰਾ ਪਿਆਰ ਹੈ ਜੀ, ਭਾਜੀ ਦੀ ਟੀਮ ਨਾਲ, ਸਾਰੀ ਰਿਦਮ ਬੋਇਜ਼ ਨਾਲ। ਤੇ ਦੈਨ ਭਾਜੀ ਕਹਿੰਦੇ ਚਲੋ ਜਦੋਂ ਵਿਆਹ ਤੋਂ ਫ੍ਰੀ ਹੋ ਜਾ ਫਿਰ ਫਿਲਮ ਕਰਦੇ ਹਾਂ ਕੋਈ, ਜੇ ਕੋਈ ਸਬਜੈਕਟ ਹੋਇਆ ਤੇ ਦੱਸ। ਤੇ ਉਸ ਤੋਂ ਬਾਅਦ ਇਹ ਗੱਲ ਸ਼ੁਰੂ ਹੋਈ, ਠਾਕਰ ਸਾਹਿਬ ਨਾਲ ਗੱਲ ਹੋਈ। ਭਾਜੀ ਦਾ ਬੇਸਿਕਲੀ ਅਮਰਿੰਦਰ ਭਾਜੀ ਤੇ ਕਾਰਜ ਭਾਜੀ ਦਾ ਸੁਪਨਾ ਸੀਗਾ, ਇੱਕ ਡ੍ਰੀਮ ਸੀ ਕਿ ਇੱਦਾਂ ਦਾ ਕੁਛ ਕਰੀਏ ਡਿਫਰੈਂਟ। ਤੇ ਚਲੋ ਵਿਆਹ ਤੋਂ ਬਾਅਦ
ਭਾਜੀ ਨੂੰ ਜਦੋਂ ਦੱਸਿਆ ਜੀ ਇਦਾਂ ਦਾ ਸਬਜੈਕਟ ਇੱਕ ਹੈਗਾ ਜੀ, ਤੇ ਦੈਨ ਫਿਰ ਆਪਣੀ ਗੱਲਬਾਤ ਸ਼ੁਰੂ ਹੋਈ। ਠਾਕਰ ਸਾਹਿਬ ਨਾਲ ਮੇਰੀ ਆਲਰੇਡੀ ਗੱਲਬਾਤ 2-3 ਸਾਲ ਪਹਿਲੇ ਤੋਂ ਹੁੰਦੀ ਸੀ, ਇੰਪਲੀਮੈਂਟ ਨਹੀਂ ਸੀ ਹੋ ਰਿਹਾ, ਤੇ ਹੈਡਸ ਆਫ ਟੂ ਰਿਦਮ ਵੋਇਸ ਜਿਨ੍ਹਾਂ ਨੇ ਇੰਪਲੀਮੈਂਟ ਕੀਤਾ ਜੀ ਇਸ ਸਬਜੈਕਟ ਤੇ, ਕਿਉਂਕਿ ਰਿਸਕ ਲੈਣਾ ਬੜੀ ਵੱਡੀ ਗੱਲ ਹੁੰਦੀ ਹੈ ਜੀ ਸਰ ਲਈ। ਸੋ ਬੇਸਿਕਲੀ ਇਹ ਤੁਸੀਂ ਰਿਸਕ ਹੀ ਕਹਿ ਲਓ, ਰਿਸਕ ਹੀ ਸੀਗਾ। ਅਸੀਂ ਪ੍ਰਿਪੇਅਰ ਸੀਗੇ ਕਿ ਹੋ ਸਕਦਾ ਕਿ ਸਾਨੂੰ ਸੈਂਸਰ ਬੋਰਡ ਸਾਨੂੰ ਪਾਸ ਨਾ ਕਰੇ ਫਿਲਮ, ਹੋ ਸਕਦਾ ਕਿਤੇ ਨਾ ਕਿਤੇ ਪ੍ਰਿਪੇਅਰਡ ਕਿ ਸਾਨੂੰ ਸਾਡੇ ਸੈਂਸਰ ਬੋਰਡ ਨੇ ਪਾਸ ਕੀਤਾ, ਤੇ ਸਾਰੀ ਦੁਨੀਆਂ ਦੇ ਵਿੱਚ ਫਿਲਮ ਲੱਗੀ। ਚੈਲੇਂਜਸ, ਜੇ ਤੁਸੀਂ ਚੈਲੇਂਜਸ ਦੀ ਗੱਲ ਕਰਦੇ ਹੋ, ਚੈਲੇਂਜਸ ਬਹੁਤ ਸੀਗੇ। ਤੁਹਾਨੂੰ ਪਤਾ ਕਿਸੇ ਵੀ ਫਿਲਮ, ਤੁਸੀਂ ਕੋਈ ਹੋਰ ਨੋਰਮਲ ਆਰਟਿਸਟ ਦੇ ਨਾਲ ਵੀ ਫਿਲਮ ਬਣਾਉਂਦੇ ਹੋ, ਲਾਈਕ ਸਿੰਪਲ ਇੱਕ ਹੀਰੋ ਹੀਰੋਇਨ ਹੋਣ, ਉਸ ਫਿਲਮ ਦੇ ਵਿੱਚ ਵੀ ਬਹੁਤ ਚੈਲੇਂਜਸ ਹੁੰਦੇ ਆ। ਇੱਥੇ ਤਾਂ ਫਿਰ ਵੀ ਦਿੱਗਜ ਕਲਾਕਾਰ ਸੀਗੇ, ਚੜ੍ਹਦੇ ਪੰਜਾਬ ਦੇ, ਲਹਿੰਦੇ ਪੰਜਾਬ ਦੇ, ਤੇ ਸਗੋਂ ਜਦੋਂ ਤੁਸੀਂ ਪਹਿਲੀ ਵਾਰੀ ਕੰਮ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਮੁਸ਼ਕਿਲਾਂ ਬਹੁਤ ਸਮਝਣ ਨੂੰ ਬਹੁਤ ਮੁਸ਼ਕਿਲਾਂ ਆ ਜਾਂਦੀਆਂ ਨੇ। ਬਟ ਸਾਨੂੰ ਇੱਦਾਂ ਦੇ ਕੋਈ ਚੈਲੇਂਜਸ ਸਮਝਣ ਵਾਸਤੇ ਕੋਈ ਇੰਨਾ ਟਾਈਮ ਨਹੀਂ ਲੱਗਾ। ਸਾਨੂੰ ਇੱਦਾਂ ਹੀ ਸੀਗਾ ਕਿ ਅਸੀਂ ਕਿੰਨੇ ਚਿਰ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ ਜਾਂ ਕਿੰਨੇ ਚਿਰ ਤੋਂ ਇੱਕ ਦੂਜੇ ਨਾਲ ਕੰਮ ਕਰ ਰਹੇ ਹਾਂ, ਤੇ ਨਾ ਸਾਨੂੰ ਚੈਲੇਂਜਸ ਇਹੋ ਜਿਹੇ ਚੈਲੇਂਜਸ ਸਾਨੂੰ ਲੱਗੇ, ਨਾ ਜਿਹੜੀ ਲਹਿੰਦੇ ਪੰਜਾਬ ਦੀ ਕਾਸਟ ਸੀ ਉਹਨਾਂ ਨੂੰ ਵੀ ਨਹੀਂ ਸਾਨੂੰ, ਮਤਲਬ ਪਹਿਲੀ ਵਾਰੀ ਬਹੁਤ ਕੰਫਰਟੇਬਲੀ ਫੀਲ ਹੋਇਆ ਕਿ ਸਾਨੂੰ ਅਸੀਂ ਇੱਦਾਂ ਲੱਗ ਚੜ੍ਹਦੇ ਪੰਜਾਬ ਵਿੱਚ ਬਹੁਤ ਜ਼ਿਆਦਾ ਦੇਖਿਆ ਜਾਂਦਾ, ਪਿਆਰ ਕੀਤਾ ਜਾਂਦਾ। ਜਿਹੜੀ ਇੰਡੀਅਨ ਪੰਜਾਬੀ ਫਿਲਮਾਂ ਨੇ ਉਹ ਤੁਸੀਂ ਮਤਲਬ ਪਾਕਿਸਤਾਨ ਦੇ ਵਿੱਚ ਉਹਦੀ ਇੰਨੀ ਜ਼ਿਆਦਾ ਵਿਊਅਰਸ਼ਿਪ ਹੈ, ਇੰਨਾ ਜ਼ਿਆਦਾ ਪਸੰਦ ਕੀਤਾ ਜਾਂਦਾ, ਦੇਖਿਆ ਜਾਂਦਾ। ਠਾਕਰ ਸਾਹਿਬ ਦੱਸ ਰਹੇ ਸੀ ਕਿ ਜਿਸ ਦਿਨ ਅੰਗਰੇਜ਼ ਫਿਲਮ ਰਿਲੀਜ਼ ਹੋਈ ਆ, ਤੇ ਉਸ ਦਿਨ ਕਹਿੰਦੇ ਇੰਨਾ ਰਸ਼ ਸੀਗਾ ਕਿ ਮੈਂ ਆਪਣੀ ਗੱਡੀ 'ਚ ਜਾ ਨਹੀਂ ਸਕਿਆ ਆਪਣੇ ਆਫਿਸ, ਮੈਂ ਪੈਦਲ ਤੁਰ ਕੇ ਗਿਆ, ਇੰਨਾ ਬਾਹਰ ਰਸ਼ ਸੀਗਾ। ਬਿਲਕੁਲ ਬਿਲਕੁਲ ਇਹ ਠੀਕ ਹੈ, ਉਹਨਾਂ ਨੇ ਮਤਲਬ ਇੰਨਾ ਜ਼ਿਆਦਾ ਪਿਆਰ ਕੀਤਾ ਜਾਂਦਾ। ਤੇ ਜੰਜੋੜ ਬਾਈ, ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਪੰਜਾਬੀ ਫਿਲਮ ਇੰਡਸਟਰੀ ਦੇ ਹਵਾਲੇ ਨਾਲ, ਕਿ ਇੱਕ ਦੌਰ ਸੀ ਜਦੋਂ ਸਿਰਫ ਬਾਲੀਵੁੱਡ ਦੀ ਫਿਲਮਾਂ ਹੀ, ਮਤਲਬ ਪਾਕਿਸਤਾਨ ਦੇ ਵਿੱਚ ਵੀ ਬਾਲੀਵੁੱਡ ਫਿਲਮਾਂ ਬਹੁਤ ਜ਼ਿਆਦਾ ਦੇਖੀ, ਇੱਕ ਰਾਜ ਸੀ, ਤੁਸੀਂ ਕਹਿ ਲਓ ਕਿ ਬਾਲੀਵੁੱਡ ਦੀ ਫਿਲਮਾਂ ਦਾ ਇੱਕ ਰਾਜ ਸੀ। ਤੇ ਜਦੋਂ ਪੰਜਾਬੀ ਫਿਲਮਾਂ ਬਣੀਆਂ ਸ਼ੁਰੂ ਹੋਈਆਂ, ਪੰਜਾਬੀ ਇੰਡਸਟਰੀ ਨੇ ਗਰੋ ਕੀਤਾ, ਅੱਜ ਪੰਜਾਬੀ ਇੰਡਸਟਰੀ ਦਾ ਕਿਸੇ ਇੰਡਸਟਰੀ ਦੇ ਨਾਲ ਮੁਕਾਬਲਾ ਹੈ ਹੀ ਨਹੀਂ। ਉਹ ਇੰਨਾ ਜ਼ਿਆਦਾ ਪਿਆਰ ਮਿਲਿਆ ਪੂਰੀ ਦੁਨੀਆਂ ਦੇ ਵਿੱਚ, ਇੰਨਾ ਜ਼ਿਆਦਾ ਦੇਖਦਾ ਜਾਂਦਾ। ਤੁਸੀਂ ਪੰਜਾਬੀ ਫਿਲਮ ਇੰਡਸਟਰੀ ਦੀ ਕਾਮਯਾਬੀ ਦਾ ਕ੍ਰੈਡਿਟ ਕਿਹਨੂੰ ਦਿੰਦੇ? ਸਭ ਤੋਂ ਪਹਿਲੇ ਮੈਂ, ਜਦੋਂ ਬਾਲੀਵੁੱਡ ਦਾ ਦੌਰ ਸੀਗਾ ਉਦੋਂ ਬਾਲੀਵੁੱਡ ਵਿੱਚ ਵੀ ਤਾਂ ਆਪਣੇ ਪੰਜਾਬੀ ਕੰਮ ਕਰ ਰਹੇ ਸੀਗੇ, ਜਿੰਨੇ ਵੀ ਵੱਡੇ ਦਿੱਗਜ ਕਲਾਕਾਰ ਨੇ ਬਾਲੀਵੁੱਡ ਦੇ ਵਿੱਚ ਉਹ ਸਾਰੇ ਪੰਜਾਬੀ ਨੇ। ਤੇ ਉਸ ਤੋਂ ਬਾਅਦ ਕ੍ਰੈਡਿਟ ਜਾਂਦਾ ਜੀ ਜਿਹੜੇ ਸਾਡੇ ਵੱਡੇ ਮੇਕਰਸ ਨੇ, ਹਨਾ, ਜਿਨ੍ਹਾਂ ਨੇ ਹਿੰਮਤ ਕਰਕੇ ਉਸ ਦੌਰ ਦੇ ਵਿੱਚ ਇੰਨੀ ਵੱਡੀਆਂ ਫਿਲਮਾਂ ਬਣਾਈਆਂ, ਹਨਾ। ਬੜੀ ਵੱਡੀ ਹਿੰਮਤ ਹੁੰਦੀ ਹੈ ਕਿ ਤੁਸੀਂ ਉਦੋਂ ਫਿਲਮ ਬਣਾ ਰਹੇ ਹੋ ਜਦੋਂ ਆਡੀਅੰਸ ਬਿਲਕੁਲ ਹਜੇ ਤੁਹਾਡਾ ਆਡੀਅੰਸ ਦਾ ਇੰਟਰਸਟ ਤੁਸੀਂ ਹਜੇ ਬਣਾਉਣਾ, ਤੇ ਆਡੀਅੰਸ ਨੂੰ ਲੈ ਕੇ ਜਾਣਾ ਬੜਾ ਵੱਡਾ ਚੈਲੰਜ ਹੁੰਦਾ ਸਾਡੇ ਜੋ ਵੱਡੇ ਵਡੇਰੇ ਨੇ ਜਿਨ੍ਹਾਂ ਨੇ ਉਸ ਟਾਈਮ ਦੇ ਵਿੱਚ ਫਿਲਮਾਂ ਬਣਾਈਆਂ, ਤੇ ਬਹੁਤ ਵੱਡਾ ਚੈਲੰਜ ਸੀ ਉਦੋਂ ਜਦੋਂ ਪ੍ਰਿੰਟ ਮੀਡੀਆ ਨਹੀਂ ਸੀ, ਉਦੋਂ ਕੁਛ ਲੋਕਾਂ ਤੱਕ ਪਹੁੰਚਾਉਣ ਦੇ ਸਿਰਫ ਰੇਡੀਓ ਜਾਂ ਸਿਰਫ ਟੀਵੀ ਇੱਕ ਸਾਧਨ ਹੁੰਦਾ ਸੀ ਕਿ ਲੋਕਾਂ ਤੱਕ, ਆਡੀਅੰਸ ਤੱਕ ਪਹੁੰਚਾਉਣਾ ਕਿ ਸਾਡੀ ਫਿਲਮ ਲੱਗ ਰਹੀ ਆ। ਅੱਜ ਤਾਂ ਸਿਰਫ ਇੱਕ ਵਟਸਐਪ ਤੇ ਜਾਂ ਫੇਸਬੁੱਕ ਤੇ ਸਟੇਟਸ ਪਾ ਦਿਓ ਤੇ ਵਰਲਡ ਵਾਈਡ ਪਤਾ ਚੱਲ ਜਾਂਦਾ ਕਿ ਫਿਲਮ ਆ ਰਹੀ ਆ, ਹਨਾ। ਤੇ ਇੰਨੇ ਮੁਸ਼ਕਲਾਂ ਦੇ ਬਾਅਦ ਵੀ ਇੰਨੀ ਵੱਡੀਆਂ ਫਿਲਮਾਂ ਬਣਾਉਣੀਆਂ, ਸੋ ਹੈਡਸ ਆਫ ਟੂ ਸਾਡੇ ਜੋ ਪੁਰਾਣੇ ਮੇਕਰਸ ਨੇ ਜੀ। ਬਿਲਕੁਲ ਬਿਲਕੁਲ। ਚੱਲ ਮੇਰਾ ਪੁੱਤ ਆਈ, ਬਹੁਤ ਸਾਰਾ ਪਿਆਰ ਮਿਲਿਆ। ਚੱਲ ਮੇਰਾ ਪੁੱਤ 2 ਰਿਲੀਜ਼ ਹੋਈ, ਉਹਨੇ ਫਸਟ ਨੂੰ ਵੀ ਪਿੱਛੇ ਛੱਡ ਦਿੱਤਾ, ਉਹਨੂੰ ਉਸ ਤੋਂ ਵੀ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ, ਦੇਖੀ ਗਈ। ਤੇ ਚੱਲ ਮੇਰਾ ਪੁੱਤ 2 ਦੇ ਵਿੱਚ ਮੈਂ ਸਮਝਦਾ, ਮੇਰੀ ਜ਼ਾਤੀ ਜਿਹੜੀ ਰਾਏ ਹੈ ਕਿ ਉਹਦੇ ਵਿੱਚ ਬਹੁਤ ਸਾਰਾ ਗੈਪ ਸੀ, ਇੱਕ ਮਤਲਬ ਕੁਝ ਟਾਈਮ ਦਾ ਗੈਪ ਸੀ ਕਿ ਲੋਕਾਂ ਨੂੰ ਉਡੀਕ ਸੀ। ਤੁਹਾਨੂੰ ਪਤਾ ਜਿਹੜੀ ਚੀਜ਼ ਵਾਸਤੇ ਇੰਤਜ਼ਾਰ ਕਰਵਾਇਆ ਜਾਏ ਲੋਕਾਂ ਨੂੰ ਤਾਂ ਇੱਕ ਤਾਂਘ ਜ਼ਿਆਦਾ ਹੁੰਦੀ ਕਿ ਕੀ ਆ ਰਿਹਾ ਨਵਾਂ, ਕੀ ਹੋਏਗਾ। ਲੇਕਿਨ ਜਿਹੜਾ ਚੱਲ ਮੇਰਾ ਪੁੱਤ 3 ਫਿਲਮ ਹੈ, ਉਹਦੇ ਵਿੱਚ ਤੁਸੀਂ ਇੱਕ ਸਰਪ੍ਰਾਈਜ਼ ਦਿੱਤਾ, ਉਹ ਤਾਂ ਬਹੁਤ ਵਧੀਆ ਗੱਲ ਹੈ, ਇੱਕ ਲੋਕਾਂ ਨੂੰ ਸਰਪ੍ਰਾਈਜ਼ ਮਿਲਿਆ। ਅੱਛਾ ਜੀ, ਇੱਕ ਮਹੀਨੇ ਬਾਅਦ ਜਿਹੜੀ ਉਹ ਚੱਲ ਮੇਰਾ ਪੁੱਤ 3 ਰਿਲੀਜ਼ ਹੋ ਰਹੀ ਹੈ, ਤੇ ਮੈਂ ਇਹ ਸਵਾਲ ਪੁੱਛਣਾ ਚਾਹਾਂਗਾ ਕਿ ਚੱਲ ਮੇਰਾ ਪੁੱਤ 3 ਦੇ ਵਿੱਚ ਸਾਜਨ ਅਬਾਸ ਦੇ ਨਾਲ ਨਾਲ ਫਿਲਮ ਦੇ ਵਿੱਚ ਨਵਾਂ ਹੋਰ ਕੀ ਹੋਏਗਾ ਲਹਿੰਦੇ ਪੰਜਾਬ ਵਾਲਿਆਂ ਨੂੰ 3 ਦੇ ਬਾਰੇ? ਇੱਕ ਤਾਂ ਸਾਜਨ ਬਾਸ ਜੀ ਆ ਰਹੇ ਨੇ 3 ਦੇ ਵਿੱਚ, ਐਂਟਰੀ ਉਹਨਾਂ ਦੀ ਚੱਲ ਮੇਰਾ ਪੁੱਤ
ਟੀਮ ਦੇ ਵਿੱਚ ਐਂਟਰੀ ਹੋਈ ਹੈ ਜੀ ਤੇ ਉਸ ਤੋਂ ਬਾਅਦ ਹੋਰ ਕਲਾਕਾਰ ਅਸੀਂ ਲੈਂਦੇ ਪੰਜਾਬ ਤੋਂ ਲਈ ਜਿਵੇਂ ਆਸਿਫ ਇਕਬਾਲ ਜੀ ਤੁਸੀਂ 2 ਦੇ ਵਿੱਚ ਵੇਖਿਆ ਹੋਊਗਾ ਜੋ ਆਪਾਂ ਸਿਰਫ ਉਹਨਾਂ ਦੀ ਐਂਟਰੀ ਕਰਵਾਈ ਹੈ ਜਿਵੇਂ ਮਾਨਚੰਦ ਸਾਹਿਬ ਉਹ 3 ਦੇ ਵਿੱਚ ਤੁਹਾਨੂੰ ਹੋਰ ਜ਼ਿਆਦਾ ਕੈਰੇਕਟਰ ਦੇ ਵਿੱਚ ਨਜ਼ਰ ਆਉਣਗੇ ਤੇ ਮੈਨੂੰ ਲੱਗਦਾ ਸੀ ਜਿਵੇਂ ਜਿੱਦਾਂ 1 ਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਆਪਾਂ 2-3 ਫੋਨ ਕਾਲਸ ਹੀ ਸ਼ੂਟ ਕੀਤੀਆਂ ਸੀ ਫਿਰ 2 ਦੇ ਵਿੱਚ ਅਸੀਂ ਸੀਨ ਸ਼ੂਟ ਕੀਤੇ ਹੁਣ 3 ਦੇ ਵਿੱਚ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਫਿਲਮ ਉੱਥੇ ਸ਼ੂਟ ਕੀਤੀ ਜਾਏ ਤਾਂ ਕਿ ਸਕਰੀਨ ਤੇ ਵਰਲਡ ਵਾਈਡ ਦੋਵੇਂ ਪੰਜਾਬਾਂ ਨੂੰ ਦੋਨੋਂ ਪੰਜਾਬ ਵਿਜੂਅਲੀ ਦੇਖ ਸਕਣ ਤੇ ਇੱਕ ਤਾਂ ਇਹ ਹੋਊਗਾ ਕਿ ਉੱਥੇ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਸੀਨ ਸ਼ੂਟ ਕੀਤੇ ਜਾਣ ਪਾਕਿਸਤਾਨ ਦੇ ਅੰਦਰ ਲੈਂਦੇ ਪੰਜਾਬ ਦੇ ਵਿੱਚ ਲਾਹੌਰ ਦੇ ਵਿੱਚ ਤੇ ਉਸ ਤੋਂ ਬਾਅਦ ਜੇ ਤੁਸੀਂ ਉਹਦੀ ਗੱਲ ਕਰੋ ਵਿਜੂਅਲੀ ਗੱਲ ਕਰੋ ਡੈਫੀਨੇਟਲੀ ਤੁਹਾਨੂੰ ਵਿਜੂਅਲੀ ਡਿਫਰੈਂਟ ਲੱਗੇਗੀ ਫਿਲਮ ਤੁਸੀਂ ਟੀਜ਼ਰ ਵੇਖਿਆ ਹੋਊਗਾ ਤੁਸੀਂ ਲੁੱਕ ਫਿਲਮ ਦੀ ਡਿਫਰੈਂਟ ਤੁਹਾਨੂੰ ਲੱਗੀ ਹੋਊਗੀ ਹੈ ਨਾ 1 ਤੇ 2 ਨਾਲੋਂ ਤੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਆਡੀਅੰਸ ਨੂੰ ਇੱਦਾਂ ਨਾ ਲੱਗੇ ਕਿ ਸੇਮ ਫੀਲ ਆ ਫਿਲਮ ਦਾ ਅਸੀਂ ਫੀਲ ਡਿਫਰੈਂਟ ਰੱਖਿਆ ਅਸੀਂ ਸਕ੍ਰਿਪਟ ਵਾਈਜ਼ ਅਸੀਂ ਡਿਫਰੈਂਟ ਲੈਵਲ 'ਤੇ ਹਾਂ ਮੈਨੂੰ ਲੱਗਦਾ ਕਿਉਂਕਿ ਜਦੋਂ ਤੁਹਾਡਾ ਪਹਿਲਾ ਪਾਰਟ ਸਕਸੈਸ ਹੋ ਜਾਂਦਾ ਜਦੋਂ ਦੂਜਾ ਪਾਰਟ ਬਣਾ ਰਹੇ ਹੁੰਦੇ ਹੋ ਤਾਂ ਤੁਹਾਡੀ ਦੁੱਗਣੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਤੁਹਾਡੇ ਮੋਢੇ 'ਤੇ ਹੁਣ ਆਡੀਅੰਸ ਨੇ ਇੰਨਾ ਪਿਆਰ ਦਿੱਤਾ ਹੁਣ ਅਸੀਂ 3 ਪਾਰਟ ਬਣਾ ਰਹੇ ਅਤੇ ਅਸੀਂ 3 ਗੁਣਾ ਮਿਹਨਤ ਕਰ ਰਹੇ ਹਾਂ ਜੀ 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 ਇਹ ਜੰਜੋੜ ਭਾਈ ਜੀ ਮੇਰਾ ਅੱਗੇ ਇੱਕ ਸਵਾਲ ਸੀ ਲੇਕਿਨ ਉਹਦਾ ਤੁਸੀਂ ਮੇਰੇ ਸਵਾਲ ਪੁੱਛੇ ਬਗੈਰ ਹੀ ਜਵਾਬ ਅਡਵਾਂਸ ਦੇ ਦਿੱਤਾ ਤੇ ਮੈਂ ਰਿਪੀਟ ਵੀ ਕਰ ਦਿੰਦਾ ਕਿ ਜਿਹੜੇ ਸਾਡੇ ਸਾਂਝੇ ਪੰਜਾਬ ਜਿਹੜੇ ਸਾਡੇ ਲਹਿੰਦੇ ਪੰਜਾਬ ਦੇ ਲੋਕ ਸੀ ਉਹਨਾਂ ਦੀ ਬੜੀ ਖੁਆਇਸ਼ ਸੀ ਉਹਨਾਂ ਦੀ ਬੜੀ ਚਾਹਤ ਸੀ ਕਿ ਲਹਿੰਦੇ ਚੜ੍ਹਦੇ ਪੰਜਾਬ ਦੀ ਫਿਲਮਾਂ ਇਕੱਠੀਆਂ ਬਣਨ ਗੀਤ ਇਕੱਠੇ ਆਉਣ ਲਹਿੰਦੇ ਚੜ੍ਹਦੇ ਪੰਜਾਬ ਦੇ ਇਕੱਠੇ ਕੰਮ ਕਰਨ ਫਨਕਾਰ ਲੇਕਿਨ ਉਹਦੇ ਵਿੱਚ ਲਹਿੰਦਾ ਪੰਜਾਬ ਵੀ ਚੜ੍ਹਦੇ ਪੰਜਾਬ ਦੇ ਨਾਲ ਲਹਿੰਦੇ ਪੰਜਾਬ ਦੇ ਖਲੂਸ ਲੈ ਜਾਣ ਤਾਂ ਕਿ ਸਾਡੀ ਪਿਆਰ ਮੁਹੱਬਤ ਸਾਂਝ ਹੋਰ ਵਧੇ ਇਹ ਮੇਰਾ ਸਵਾਲ ਸੀ ਲੇਕਿਨ ਤੁਸੀਂ ਸਵਾਲ ਪੁੱਛੇ ਬਗੈਰ ਹੀ ਆਪਣੀ ਗੱਲ ਦੇ ਵਿੱਚ ਉਹਦਾ ਜਵਾਬ ਦੇ ਦਿੱਤਾ ਤੇ ਅਗਲਾ ਮੈਂ ਪਹਿਲੇ ਜਦੋਂ ਤੁਸੀਂ ਪਹਿਲਾ ਸਵਾਲ ਪੁੱਛਿਆ ਸੀ ਉਹਦੇ ਵਿੱਚ ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ ਕਲਾ ਆ ਉਹਦੀ ਬਾਉਂਡਰੀ ਨਹੀਂ ਹੁੰਦੀ ਹੈ ਨਾ ਸੋ ਕਲਾਕਾਰ ਵਾਸਤੇ ਬਾਉਂਡਰੀ ਨਹੀਂ ਹੋਣੀ ਬਿਲਕੁਲ 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 ਕਲਾਕਾਰ ਦੀ ਕੋਈ ਬਾਉਂਡਰੀ ਨਹੀਂ ਹੁੰਦੀ ਕਲਾਕਾਰ ਤੇ ਸਾਰਿਆਂ ਦੇ ਸਾਥ ਤੋਂ ਉਹਦੀ ਸੀਮਾ ਨਹੀਂ ਹੋਣੀ ਚਾਹੀਦੀ ਹਾਂਜੀ ਹਾਂਜੀ ਜੀ ਤੁਸੀਂ ਇਸ ਫਿਲਮ ਦੀ ਸ਼ੂਟਿੰਗ ਲਈ ਇੰਗਲੈਂਡ ਦਾ ਇੰਤਖਾਬ ਕੀਤਾ ਤੇ ਤੁਹਾਡੀ ਕਹਾਣੀ ਵਿੱਚ ਦੱਸਿਆ ਗਿਆ ਕਿ ਕਿੰਝ ਦੂਜੇ ਮੁਲਕਾਂ ਵਿੱਚ ਜਾ ਕੇ ਲੋਕ ਰਹਿੰਦੇ ਨੇ ਉਹਨਾਂ ਨੂੰ ਕਿੰਝ ਵੇਖਣਾ ਪੈਂਦਾ ਹੈ ਨਾਲੇ ਤੁਸੀਂ ਇਹ ਵੀ ਪੈਗਾਮ ਦਿੱਤਾ ਕਿ ਇੰਡੀਆ ਤੇ ਪਾਕਿਸਤਾਨ ਦੇ ਲੋਕ ਆਪਣੀ ਇੱਕੋ ਜਿਹੀ ਰਹਿਤਲ ਸਕਾਫਤ ਬੋਲੀ ਦੇ ਕਾਰਨ ਕਿਸੇ ਵੀ ਦੇਸ਼ ਦੇ ਵਿੱਚ ਪਿਆਰ ਮੁਹੱਬਤ ਨਾਲ ਵੱਸ ਸਕਦੇ ਨੇ ਕੀ ਸਮਝਦੇ ਹੋ ਇੰਝ ਨਹੀਂ ਲੱਗਦਾ ਕਿ ਅਸੀਂ ਹਰ ਲਿਹਾਜ਼ ਨਾਲ ਇੱਕ ਦੂਜੇ ਦੇ ਬਹੁਤ ਨੇੜੇ ਹਾਂ ਓਬਵੀਅਸ ਅਸੀਂ ਸਾਨੂੰ ਪਹਿਲੇ ਮਹਿਸੂਸ ਹੁੰਦਾ ਹੀ ਸੀਗਾ ਮਤਲਬ ਅਸੀਂ ਇੱਕ ਦੂਜੇ ਦੇ ਨੇੜੇ ਹਾਂ ਬਟ ਜਦੋਂ ਅਸੀਂ ਫਿਲਮ ਦੀ ਮੇਕਿੰਗ ਕੀਤੀ ਆ ਇਹਦੇ ਨਾਲ ਦਰਸ਼ਕਾਂ ਤੱਕ ਅਸੀਂ ਇਹ ਪਹੁੰਚਾਉਣ ਦੀ ਗੱਲ ਕੀਤੀ ਕਿ ਸਾਡੇ 'ਚ ਕੋਈ ਵੀ ਫਰਕ ਨਹੀਂ ਆ ਸਾਡੀ ਬੋਲੀ ਇੱਕ ਆ ਸਾਡਾ ਪਹਿਰਾਵਾ ਇੱਕ ਆ ਅਸੀਂ ਉਹੀ ਰੋਟੀ ਖਾਂਦੇ ਹਾਂ ਜੋ ਸਾਰੇ ਖਾਂਦੇ ਹਾਂ ਸੋ ਮਤਲਬ ਬੇਸਿਕਲੀ ਕੋਈ ਡਿਫਰੈਂਸ ਨਹੀਂ ਹੈ ਡਿਫਰੈਂਸ ਤਾਂ ਸਿਰਫ ਇੱਕ ਲੀਕ ਦਾ ਤੇ ਬਿਲਕੁਲ ਉਮੀਦ ਕਰਦੇ ਹਾਂ ਜੀ ਉਹ ਲੀਕ ਵੀ ਜਲਦੀ ਖਤਮ ਹੋ ਜਾਏ ਤੇ ਉਹ ਇਸ ਲੀਕ ਖਤਮ ਮੈਂ ਕਰਦੇ ਹੁੰਦੇ ਸੀ ਠਾਕਰ ਸਾਹਿਬ ਨਾਲ ਕਿ ਕਾਸ਼ ਹਾਂਜੀ ਅਸੀਂ ਗੱਲ ਕਰਦੇ ਹੁੰਦੇ ਸੀ ਕਿ ਕਾਸ਼ ਇਦਾਂ ਦਾ ਹੋ ਜਾਏ ਕਿ ਸਵੇਰ ਵਾਲਾ ਜਿਹੜਾ ਸੀਨ ਹੈ ਉਹ ਅਸੀਂ ਅੰਮ੍ਰਿਤਸਰ ਕਰੀਏ ਤੇ ਸ਼ਾਮ ਨਾਈਟ ਵਾਲਾ ਸੀਨ ਅਸੀਂ ਉਹ ਲਾਹੌਰ ਜਾ ਕੇ ਕਰੀਏ ਕਾਸ਼ ਇਦਾਂ ਦਾ ਹੋ ਜਾਏ ਕੀ ਬਾਤ ਬਿਲਕੁਲ ਤੇ ਅਗਲਾ ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਜਨਜੋਤ ਪਾਜੀ ਜਿੱਥੇ ਚੱਲ ਮੇਰਾ ਪੁੱਤ ਫਿਲਮ ਕਾਮਯਾਬ ਹੋਈ ਉੱਥੇ ਹੀ ਸਾਡੇ ਬੜੇ ਪਿਆਰੇ ਵੀਰ ਸਾਡੇ ਸਾਰਿਆਂ ਦੇ ਅਕਰਮ ਉਦਾਸ ਬੂਟਾ ਜੀ ਜਿਨ੍ਹਾਂ ਦੇ ਡਾਇਲੋਗ ਫਿਰ ਕਹਿੰਦੇ ਨੇ ਬੂਟਾ ਗਾਲਾਂ ਕੱਢਦਾ ਨੇ ਵੀ ਕਾਮਯਾਬੀ ਦੇ ਝੰਡੇ ਕੱਢੇ ਮਤਲਬ ਉਹ ਵੀ ਡਾਇਲੋਗ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਇਸ ਡਾਇਲੋਗ ਦਾ ਜਿਹੜੇ ਇਹੋ ਜਿਹੇ ਡਾਇਲੋਗ ਹੁੰਦੇ ਨੇ ਉਸਦਾ ਕ੍ਰੈਡਿਟ ਸਕ੍ਰਿਪਟ ਰਾਈਟਰ ਦਾ ਹੁੰਦਾ ਹੈ ਡਾਇਰੈਕਟਰ ਦਾ ਜਾਂ ਕਲਾਕਾਰ ਨਹੀਂ ਸਭ ਤੋਂ ਪਹਿਲੇ ਦੀ ਸਕ੍ਰਿਪਟ ਰਾਈਟਰ ਦਾ ਹੁੰਦਾ ਜੀ ਜਿਹਦੇ ਸਿਰ ਤੇ ਇੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਹਰ ਅੱਛਾ ਸਭ ਤੋਂ ਵੱਡੀ ਗੱਲ ਇਹ ਚੈਲੰਜ ਹੁੰਦਾ ਕਿ ਜਦੋਂ ਇੰਨੇ ਦਿੱਗਜ ਕਲਾਕਾਰ ਜਦੋਂ ਇੰਨੇ ਵਰਲਡ ਦੇ ਟੌਪ ਦੇ ਕਾਮੇਡੀਅਨਸ ਤੁਹਾਡੇ ਫਰੇਮ ਦੇ ਵਿੱਚ ਹੋਣ ਤੇ ਡਾਇਲੋਗ ਡਿਵਾਈਡ ਕਰਕੇ ਦੇਣਾ ਔਰ ਉਹ ਡਾਇਲੋਗ ਜਿਹੜਾ ਜੋ ਜੇ ਡਾਇਲੋਗ ਅਕਰਮ ਜੀ ਬੋਲ ਰਹੇ ਨੇ ਤੇ ਉਹ ਡਾਇਲੋਗ ਅਕਰਮ ਜੀ ਨੂੰ ਹੀ ਬੋਲਣਾ ਚਾਹੀਦਾ ਸੀ ਜੇ ਠਾਕਰ ਸਾਹਿਬ ਬੋਲ ਰਹੇ ਨੇ ਤੇ ਉਹਨਾਂ ਨੂੰ ਹੀ ਬੋਲਣਾ ਚਾਹੀਦਾ ਸੀ ਜੋ ਨਾਸਿਰ ਭਾਜੀ ਬੋਲ ਰਹੇ ਨੇ ਜਾਂ ਅਮਰਿੰਦਰ ਕੋਈ ਵੀ
ਅਮਰਿੰਦਰ ਭਾਜੀ ਬੋਲ ਰਹੇ ਤੇ ਉਹਨਾਂ ਦਾ ਡਾਇਲੋਗ ਉਹਨਾਂ ਦੇ ਹਵਾਲੇ ਕਰਨਾ ਸਭ ਤੋਂ ਵੱਡਾ ਚੈਲੰਜ ਹੁੰਦਾ ਸੀ। ਇਹ ਨਹੀਂ ਕਿ ਜੇ ਨਾਸਰ ਭਾਜੀ ਦਾ ਡਾਇਲੋਗ ਹੈ ਤੇ ਆਪਾਂ ਠਾਕਰ ਸਾਹਿਬ ਨੂੰ ਦੇਤਾ ਉਹ, ਹੈ ਨਾ, ਤੇ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਰਾਈਟਰ ਦੀ ਹੁੰਦੀ ਆ। ਦੈਨ ਉਸ ਤੋਂ ਬਾਅਦ ਫਿਰ ਟੀਮ ਦੀ ਆਉਂਦੀ ਹੈ ਜੀ, ਜੋ ਕਲਾਕਾਰ ਹੁੰਦੇ। ਇੰਪਰੋਵਾਈਜੇਸ਼ਨ ਡੈਫੀਨੇਟਲੀ ਹੁੰਦੀ ਆ ਭਾਜੀ ਸੈੱਟ ਤੇ, ਇੱਕ ਰਾਈਟਰ ਇੱਕ ਸੀਨ ਲੈ ਕੇ ਆਉਂਦਾ ਜੀ ਅਸੀਂ ਆਹ ਘੜਿਆ, ਹੈ ਨਾ, ਉਸ ਤੋਂ ਬਾਅਦ ਚੰਗੀ ਹੋਰ ਚੰਗਾ ਸੀਨ ਬਣਾਉਣ ਲਈ ਅਸੀਂ ਇੰਪਰੋਵਾਈਜੇਸ਼ਨ ਕਰਦੇ ਹਾਂ, ਹੈ ਨਾ, ਤੇ ਜਿਹਦੇ ਨਾਲ ਹੀ ਫਿਲਮ ਬਣਦੀ ਆ, ਕਿਉਂਕਿ ਫਿਲਮ ਜਿਹੜੀ ਹੁੰਦੀ ਆ ਉਹ ਟੀਮ ਨਾਲ ਹੀ ਬਣਦੀ ਆ। ਸੋ ਸਭ ਤੋਂ ਵੱਡਾ ਕ੍ਰੈਡਿਟ ਹੁੰਦਾ ਜੀ ਰਾਈਟਰ ਦਾ, ਜੋ ਰਾਕੇਸ਼ ਧਵਨ ਜੀ ਸਾਡੇ ਰਾਈਟਰ ਨੇ। ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਸੀ ਕਿ ਰਾਕੇਸ਼ ਧਵਨ ਜੀ ਨੇ ਆਲਰੇਡੀ 5 ਸਾਲ UK ਦੇ ਵਿੱਚ ਦਿਹਾੜੀਆਂ ਕੀਤੀਆਂ ਸੀ। ਉਹਨਾਂ ਨੇ ਆਲਰੇਡੀ ਉਹ ਜ਼ਿੰਦਗੀ ਜੀ ਹੋਈ ਸੀ ਜੋ ਫਿਲਮ ਦੇ ਵਿੱਚ ਅਸੀਂ ਦਿਖਾਇਆ, ਜੋ ਕੱਚੇ ਪੱਕਿਆਂ ਦੀ ਗੱਲ ਦਿਖਾਈ ਹੈ, ਉਹ 5 ਸਾਲ ਉਹਨਾਂ ਨੇ ਆਲਰੇਡੀ ਦਿਹਾੜੀਆਂ ਕਰਕੇ ਤੇ ਉਹ ਚੀਜ਼ਾਂ ਆਲਰੇਡੀ ਉਹਨਾਂ ਦੇ ਮਾਈਂਡ ਵਿੱਚ ਸੀਗੀਆਂ। ਸੋ ਇਹ ਫਿਲਮ ਦਾ ਬਹੁਤ ਵੱਡਾ ਪਲੱਸ ਪੁਆਇੰਟ ਸੀ। ਨਹੀਂ, ਬਹੁਤ ਅੱਛੀ ਸਕ੍ਰਿਪਟ, ਇੱਕ ਮਜ਼ਾ ਦੇ ਨਾਲ ਇੱਕ ਪੈਗਾਮ ਹੋਣਾ, ਮੈਂ ਸਮਝਣਾ ਬੜਾ ਜ਼ਰੂਰੀ ਹੈ। ਇਸ ਤਰ੍ਹਾਂ ਪੰਜਾਬੀ ਇੰਡਸਟਰੀ ਦੇ ਵਿੱਚ ਅਸੀਂ ਦੇਖਦੇ ਹਾਂ ਅੱਜ ਥੋੜੀ ਦੌੜ ਲੱਗੀ ਹੋਈ ਹੈ, ਆਏ ਦਿਨ ਮੂਵੀਜ਼ ਰਿਲੀਜ਼ ਹੋ ਰਹੀਆਂ ਨੇ, ਬਹੁਤ ਸਾਰੇ ਵੱਡੇ ਵੱਡੇ ਪ੍ਰੋਜੈਕਟ ਰਿਲੀਜ਼ ਹੋ ਰਹੇ ਨੇ, ਲੇਕਿਨ ਮਜ਼ਾ ਦੇ ਨਾਲ ਨਾਲ ਲੋਕਾਂ ਦੇ ਚਿਹਰਿਆਂ ਤੇ ਖੁਸ਼ੀਆਂ ਵੀ ਆਉਣੀਆਂ ਨੇ, ਤੇ ਫਿਲਮਾਂ ਦੇ ਵਿੱਚ ਕੋਈ ਪੈਗਾਮ ਵੀ ਹੋਵੇ ਮੈਂ ਕਹਿੰਦਾ ਬੜੀ ਸੋਹਣੀ ਗੱਲ। ਬਿਲਕੁਲ ਇਹੀ ਹੁੰਦਾ ਕਿ ਤੁਸੀਂ ਕਾਮੇਡੀ ਫਿਲਮ ਦੇ ਵਿੱਚ ਛੋਟੇ ਛੋਟੇ ਮੈਸੇਜ ਦੋ, ਜੋ ਤੁਸੀਂ ਆਡੀਅੰਸ ਨੂੰ ਕਹਿਣਾ ਚਾਹੁੰਦੇ ਹੋ, ਜੇ ਤੁਹਾਡੀ ਫਿਲਮ ਉਹ ਮੈਸੇਜਸ ਕਹਿ ਰਹੀ ਹੈ ਜਾਂ ਦੇ ਰਹੀ ਆ, ਸੋ ਤੁਹਾਡਾ ਟਾਰਗੇਟ ਐਜ਼ ਅ ਮੇਕਰ ਤੁਹਾਡਾ ਟਾਰਗੇਟ ਪੂਰਾ ਹੋ ਜਾਂਦਾ ਕਿ ਕਾਮੇਡੀ ਫਿਲਮ ਦੇ ਨਾਲ ਨਾਲ ਤੁਸੀਂ ਛੋਟੇ ਮੈਸੇਜ ਦੇ ਰਹੇ ਹੋ। ਜੀ ਬਿਲਕੁਲ ਬਿਲਕੁਲ। ਚੱਲ ਮੇਰਾ ਬਣ, ਚੱਲ ਮੇਰਾ ਪੁੱਤ ਬਣ ਟੂ ਪਾਕਿਸਤਾਨ ਦੇ ਵਿੱਚ ਨਹੀਂ ਲੱਗ ਸਕੀ। ਮੈਂ ਇਹ ਸਮਝਦਾ ਕਿ ਅਗਰ ਇਹ ਫਿਲਮਾਂ ਪਾਕਿਸਤਾਨ ਦੇ ਵਿੱਚ ਲੱਗਦੀਆਂ ਤੇ ਮੇਰੇ ਖਿਆਲ ਵਿੱਚ ਪੂਰੀ ਦੁਨੀਆ ਨਾਲੋਂ ਸਭ ਤੋਂ ਬਹੁਤਾ ਅੱਛਾ ਫੀਡਬੈਕ, ਸਭ ਤੋਂ ਅੱਛਾ ਰਿਸਪੋਂਸ ਪਾਕਿਸਤਾਨ ਦੇ ਵਿੱਚ ਮਿਲਦਾ। ਸਾਨੂੰ ਵੀ ਪੂਰਾ ਭਰੋਸਾ ਕਿ ਜਿਸ ਦਿਨ ਪਾਕਿਸਤਾਨ ਨੇ ਫਿਲਮ ਲੱਗੇਗੀ ਤੇ ਸਭ ਸਾਨੂੰ ਸਭ ਤੋਂ ਜ਼ਿਆਦਾ ਪਿਆਰ ਉੱਥੋਂ ਹੀ ਮਿਲੂਗਾ। ਮੈਂ ਤੁਹਾਨੂੰ ਇਸ ਟਾਈਮ ਮੈਂ ਤੁਹਾਨੂੰ ਆਪਣਾ ਮੈਸੇਜਸ ਖੋਲ ਕੇ ਨਹੀਂ ਦਿਖਾ ਸਕਦਾ, ਜੇ ਤੁਹਾਨੂੰ ਮੈਂ ਸਕਰੀਨਸ਼ਾਟ ਸੈਂਡ ਕਰਾਂ ਤੇ ਸਭ ਤੋਂ ਵੱਧ ਮੈਨੂੰ ਮੈਸੇਜਸ ਜਿਹੜੇ ਉਹ ਲੈਂਦੇ ਪੰਜਾਬ ਤੋਂ ਨੇ ਕਿ ਕਦੋਂ ਆ ਰਹੀ ਹੈ, ਕਦੋਂ ਆ ਰਹੀ ਹੈ। ਪੂਰੇ ਲੋਕਡਾਊਨ ਦੇ ਵਿੱਚ ਸ਼ਾਇਦ ਹੀ ਕੋਈ ਮਤਲਬ ਅਗਰ ਮੈਨੂੰ 100 ਮੈਸੇਜ ਆਇਆ ਐਗਜ਼ਾਮਪਲ ਦੇ ਤੌਰ ਤੇ, ਤੇ 99 ਮੈਸੇਜ ਮੈਨੂੰ ਲੈਂਦੇ ਪੰਜਾਬ ਤੋਂ ਨੇ ਜੀ। ਬਿਲਕੁਲ ਬਿਲਕੁਲ, ਨੋ ਡਾਊਟ ਲੈਂਦੇ ਪੰਜਾਬ ਦੇ ਵਿੱਚ। ਤੁਹਾਨੂੰ ਪਹਿਲੇ ਹੀ ਦੱਸਿਆ, ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਜੇ ਤੁਖਾਰ ਬਾਈ ਦੀ ਗੱਲ, ਕਿ ਬਹੁਤ ਜ਼ਿਆਦਾ ਮਕਬੂਲ ਨੇ, ਲੋਕ ਬੜੇ ਸ਼ੌਕ ਨਾਲ ਦੇਖਦੇ ਨੇ, ਫਿਰ ਇਹ ਫਿਲਮ ਸਾਡੀ ਚੜ੍ਹਦੇ ਤੇ ਲੈਂਦੇ ਪੰਜਾਬ ਦੀ ਇਕੱਠੀ ਆਈ। ਸੀਰੀਜ਼ ਦੇ ਹਵਾਲੇ ਨਾਲ ਮੈਂ ਕਹਿਣਾ ਚਾਹਾਂਗਾ ਕਿ ਚੱਲ ਮੇਰਾ ਪੁੱਤ ਟੂ ਜਿਹੜੀ ਟੀਮ ਹੈ ਪੂਰੀ, ਚੱਲ ਮੇਰਾ ਪੁੱਤ ਦੀ ਜਿਹੜੀ ਟੀਮ ਹੈ, ਡਾਇਰੈਕਟਰ ਹੋ ਤੁਸੀਂ, ਪ੍ਰੋਡਿਊਸਰ, ਚੜ੍ਹਦੇ ਪੰਜਾਬ ਦੀ ਕਾਸਟ, ਲਹਿੰਦੇ ਪੰਜਾਬ ਦੀ ਕਾਸਟ, ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਸਾਡੀ ਗਵਰਨਮੈਂਟ ਅੱਗੇ ਇੱਕ ਸੁਨੇਹਾ, ਇੱਕ ਅਪੀਲ ਤੁਸੀਂ ਇਸ ਇੰਟਰਵਿਊ ਦੇ ਜ਼ਰੀਏ ਦਿਓ। ਅਸੀਂ ਫਿਰ ਲਹਿੰਦੇ ਪੰਜਾਬ ਵਾਲੇ ਜਿਹੜੇ ਫਨਕਾਰ ਨੇ, ਕਲਾਕਾਰ, ਅਸੀਂ ਮਿਲ ਕੇ ਇਹ ਜ਼ਰੂਰ ਕੈਂਪੇਨ ਚਲਾਵਾਂਗੇ ਕਿ ਜਿਹੜੀ ਚੱਲ ਮੇਰਾ ਪੁੱਤ ਜਿਹੜੀ 1 ਮਹੀਨੇ ਬਾਅਦ ਰਿਲੀਜ਼ ਹੋ ਰਹੀ ਹੈ, ਉਹਨੂੰ ਇਜਾਜ਼ਤ ਦਿੱਤੀ ਜਾਵੇ ਜੋ ਪਾਕਿਸਤਾਨ ਦੇ ਸੈਂਡੀਆਂ ਦੇ ਵਿੱਚ ਵੀ ਲੱਗੇ। ਅਸੀਂ ਕਿਉਂਕਿ ਅਸੀਂ ਇਹਨੂੰ ਸਿਰਫ ਇੱਕ ਫਿਲਮ ਦੀ ਨਜ਼ਰ ਨਾਲ ਹੀ ਦੇਖਦੇ ਕਿ ਇੱਕ ਫਿਲਮ ਹੈ, ਅਸੀਂ ਇਹ ਵੀ ਦੇਖਦੇ ਹਾਂ ਕਿ ਇਹਦੇ ਚ ਬਹੁਤ ਸੋਹਣਾ ਵਧੀਆ ਮੈਸੇਜ ਹੈ, ਤੇ ਤੁਸੀਂ ਇਸ ਫਿਲਮ ਦੇ ਰਾਹੀਂ, ਇਹ ਕ੍ਰੈਡਿਟ ਤੁਹਾਨੂੰ ਜ਼ਰੂਰ ਜਾਂਦਾ ਕਿ ਤੁਸੀਂ ਇਸ ਫਿਲਮ ਦੇ ਰਾਹੀਂ ਦੋਵੇਂ ਪੰਜਾਬਾਂ ਨੂੰ ਜੋੜ ਦਿੱਤਾ, ਤੇ ਇਨ ਫਿਊਚਰ ਵੀ ਅਸੀਂ ਤੁਹਾਡੇ ਕੋਲ ਉਮੀਦ ਕਰਾਂਗੇ ਕਿ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋਗੇ। ਜੀ, ਅਸੀਂ ਇਹੀ ਬੇਨਤੀ ਕਰਦੇ ਹਾਂ ਜੀ ਕਿ ਸਾਡਾ ਜੋ ਸਾਡੀ ਜੋ ਫਿਲਮ ਹੈ, ਸਾਡੇ ਦੋਵਾਂ ਸਾਂਝੇ ਪੰਜਾਬ ਦੀ ਜੋ ਫਿਲਮ ਆ, ਇਸ ਫਿਲਮ ਨੂੰ ਤੁਸੀਂ ਪਾਕਿਸਤਾਨ ਦੇ ਵਿੱਚ ਜ਼ਰੂਰ ਲਗਾਓ ਤਾਂ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਜੋ ਪਿਆਰ ਹੈ ਉਹ ਹੋਰ ਜ਼ਿਆਦਾ ਵਧੇ, ਅਤੇ ਜਿਹਦੇ ਕਰਕੇ ਜੇ ਜੋ ਮੋਟਿਵ ਹੈ ਸਾਡਾ ਫਿਲਮ ਬਣਾਉਣ ਦਾ, ਕਿ ਇਹੀ ਸਾਡਾ ਮੋਟਿਵ ਹੈ ਕਿ ਜੋ ਪਿਆਰ ਹੈ ਉਹ ਸਾਡਾ ਹੋਰ ਵਧੇ ਥਰੂ ਕਲਾਕਾਰੀ, ਅਤੇ ਸਾਡੀ ਇਹੀ ਗੌਰਮੈਂਟ ਨੂੰ ਅਪੀਲ ਇਹੀ ਕਰਦੇ ਹਾਂ ਜੀ ਕਿ ਜੇ ਹੋ ਸਕੇ ਤਾਂ 2 ਪਹਿਲੇ ਲਗਾ ਦਿਓ ਜੀ ਇਹਨਾਂ ਦਿਨਾਂ ਦੇ ਵਿੱਚ, ਤੇ 3 1 ਅਕਤੂਬਰ ਨੂੰ ਆ ਰਹੀ ਹੈ ਤੇ 1 ਅਕਤੂਬਰ ਨੂੰ ਰਿਲੀਜ਼ ਕੀਤੀ ਜਾਏਗੀ। ਬਿਲਕੁਲ ਬਿਲਕੁਲ, ਇਨਸ਼ਾਅੱਲਾ ਅਸੀਂ ਵੀ ਇਸ ਚੀਜ਼ ਤੇ, ਜਿਹੜੇ ਸਾਡੇ ਪੰਜਾਬੀ ਸੇਵਕ ਨੇ ਲਹਿੰਦੇ ਪੰਜਾਬ ਦੇ, ਡਿਸਕਸ਼ਨ ਸਾਡੀ ਹੋਈ ਕਿ ਅਸੀਂ ਚੱਲ ਮੇਰਾ ਪੁੱਤ 2 3 ਦੋਵਾਂ ਵਿੱਚ ਜਿਹੜੀ ਵੀ ਪਹਿਲੇ ਲੱਗ ਸਕੇ, ਅਸੀਂ ਇਹਦੇ ਹਵਾਲੇ ਨਾਲ ਇੱਕ ਬਕਾਇਦਾ ਕੈਂਪੇਨ ਚਲਾਈ ਨੇ ਤੇ ਅਸੀਂ ਇਸ ਨੂੰ ਜਿਹੜਾ ਲਵਾ ਸਕੀਏ। ਜੰਜੋੜ ਭਾਜੀ, ਮੈਂ ਇੱਕ ਵਾਰੀ ਫਿਰ ਤੁਹਾਡਾ ਬੜਾ ਜ਼ਿਆਦਾ ਸ਼ੁਕਰੀਆ ਅਦਾ ਕਰਨਾ,
ਤੇ ਮੈਂ ਆਖਰ ਵਿੱਚ ਤੁਹਾਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਆਪਣਾ ਇੱਕ ਪੈਗਾਮ ਕੀ ਦੇਣਾ ਚਾਹੋ। ਪੈਗਾਮ ਭਾਜੀ ਜੋ ਅਸੀਂ ਫਿਲਮ ਦੇ ਵਿੱਚ ਦਿੱਤਾ ਹੈ ਨਾ, ਸਾਡੇ ਵੱਲੋਂ ਉਹੀ ਪੈਗਾਮ ਹੈ ਕਿ ਪਿਆਰ ਵੰਡੋ, ਪਿਆਰ ਦੇ ਵਿੱਚ ਹੀ ਸਭ ਕੁਛ ਹੈ, ਅਖੀਰ ਦੇ ਵਿੱਚ ਪਿਆਰ ਹੀ ਰਹਿੰਦਾ, ਹੋਰ ਕੁਛ ਇਸ ਦੁਨੀਆਂ 'ਚ ਨਹੀਂ ਰਹਿੰਦਾ। ਤੇ ਜਿੰਨਾ ਪਿਆਰ ਵਧਾ ਸਕੇ ਅਸੀਂ ਵਧਾਈਏ, ਤੇ ਆਪਣੇ ਪਰਿਵਾਰਾਂ ਦਾ ਖਿਆਲ ਰੱਖੋ ਜੀ। ਕੁਛ ਅੱਜ ਕੱਲ੍ਹ ਟਾਈਮ ਵੀ ਇਹੋ ਜਿਹਾ ਚੱਲ ਰਿਹਾ, ਜਿੰਨਾ ਹੋ ਸਕੇ ਤੁਸੀਂ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਓ, ਪਰਿਵਾਰਾਂ ਨਾਲ ਪਰਿਵਾਰ ਨੂੰ ਖੁਸ਼ ਰੱਖੋ, ਜਿੰਨਾ ਟਾਈਮ ਹੋ ਸਕਦਾ ਤੁਸੀਂ ਸਟ੍ਰੈਸ ਨਾ ਲਓ। ਤੇ ਸਟ੍ਰੈਸ ਲੈ ਕੇ ਕੁਛ ਨਹੀਂ ਹੋਣਾ ਹੈ ਨਾ, ਸੋਚੇ ਸੋਚ ਨਾ ਹੋਵੇ, ਜੇ ਸੋਚੀ ਲਖਵਾਰ ਬਾਣੀ ਦੇ ਵਿੱਚ ਲਿਖਿਆ, ਸੋਚ ਕੇ ਇੰਨਾ ਕੁਛ ਨਹੀਂ ਹੁੰਦਾ, ਜੋ ਹੋਣਾ ਮਾਲਕ ਨੇ ਆਪ ਹੀ ਕਰਨਾ, ਜਿੱਥੇ ਮਾਲਕ ਰੱਖਦਾ ਰਹਿਣਾ ਪੈਂਦਾ, ਆਪਾਂ ਗਾਣਾ ਵੀ। ਤੇ ਸੋ ਇਹੀ ਸਾਡੇ ਵੱਲੋਂ ਇਹੀ ਹੈ ਜੀ ਕਿ ਪਿਆਰ ਵੰਡੋ ਤੇ ਪਿਆਰ ਲਓ। ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ, ਤੇ ਤੂੰ ਬਿਸਮਿਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਪੜਾ, ਮੈਂ ਨਾਨਕ ਦੀ ਬਾਣੀ ਪੜ੍ਹ ਕੇ ਦਿਆਂ ਹੁਸੈਨੀ ਲੰਗਰ ਨੂੰ। ਤੁਸੀਂ ਜਨਜੋਟ ਭਾਜੀ ਦੇ ਖਿਆਲਾਂ ਸੁਣੇ, ਬਹੁਤ ਚੰਗਾ ਲੱਗਿਆ। ਤੁਸੀਂ ਬਹੁਤ ਜਲਦ ਦੇਖ ਸਕੋਗੇ ਇੰਟਰਵਿਊ AHM TV ਦੇ ਉੱਪਰ, ਤੇ ਇਨਸ਼ਾਲਾ ਫਿਰ ਇੱਕ ਨਵੇਂ ਮਹਿਮਾਨ ਨਾਲ ਮੁਲਾਕਾਤ ਹੋਏਗੀ। ਰੱਬ ਰਾਖਾ।